ਜੈਕਾਰਾ ਪਾਉਣਾ ਹਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ। ਸਾਰੀਆਂ ਸੰਗਤਾਂ ਨੂੰ ਜੈ ਬਾਬਾ ਬਾਲਕ ਨਾਥ ਜੀ ਕੀ ਏਵਮ ਚੈਤਰ ਮਾਸ ਮੇਲੇ ਦੀ ਬਹੁਤ ਬਹੁਤ ਸ਼ੁਭਕਾਮਨਾ। ਬਹੁਤ ਬਹੁਤ ਬਾਬਾ ਬਾਲਕ ਨਾਥ ਜੀ ਮਹਾਰਾਜ ਜੀ ਦਾ ਆਸ਼ੀਰਵਾਦ। ਬਾਬਾ ਬਾਲਕ ਨਾਥ ਜੀ ਮਹਾਰਾਜ ਜੀ ਤੋਂ ਇਹ ਬੇਨਤੀ ਕਿ ਸਾਰੀਆਂ ਸੰਗਤਾਂ ਦੇ ਘਰ 'ਚ ਸੁੱਖ ਸ਼ਾਂਤੀ ਸਮ੍ਰਿੱਧੀ ਦਾ ਵਾਸ ਕਰਨ ਅਤੇ ਜੋ ਜੋ ਵੀ ਮਨੋਕਾਮਨਾ ਸੰਗਤਾਂ ਦੀਆਂ ਪੂਰੀਆਂ ਕਰਨ। ਔਰ ਬਾਬਾ ਬਾਲਕ ਨਾਥ ਜੀ ਜਾਂ ਚੈਤਰ ਮਾਸ ਆਰੰਭ ਹੋਇਆ ਤਾਂ ਸਾਰੇ ਜਿੰਨਾ ਵੀ ਜੋ ਵੀ ਜਿੰਨਾ ਜਪ ਤਪ ਕਰੇਗਾ ਇਹਦਾ ਇਸ ਮਹੀਨੇ 'ਚ ਸਿਮਰਨ ਸੇਵਾ ਕਰਨੇ ਨਾਲ ਜੋ ਆ ਉਹਦਾ ਲੱਖਾਂ ਕਰੋੜਾਂ ਗੁਣਾ ਜਿਹੜਾ ਫਲ ਮਿਲਦਾ ਹੈ। ਚੈਤਰ ਮਾਸ ਦਾ ਉਤਨਾ ਹੀ ਮਹੱਤਵ ਹੈ ਜਿਤਨਾ ਕਿ ਭੋਲੇਨਾਥ ਜੀ ਦੇ ਸ਼ਰਾਵਣ ਮਾਸ ਦਾ ਹੈ। ਉਹਨਾਂ ਦੀ ਪੂਜਾ ਅਰਚਨਾ ਕਰਕੇ ਜਿੰਨਾ ਲਾਭ ਉਠਾਇਆ ਜਾਂਦਾ, ਨਵਰਾਤਰਿਆਂ 'ਚ ਨਵ ਦੇਵੀਆਂ ਦੀ ਪੂਜਾ ਕਰਕੇ ਜਿੰਨਾ ਲਾਭ ਉਠਾਇਆ ਜਾਂਦਾ ਜਪ ਜਪ ਤਪ ਦਾ, ਉਤਨਾ ਹੀ ਮਹੱਤਵ ਹੈ। ਤਾਂ ਤੁਸੀਂ ਪੜ੍ਹ ਚੜ੍ਹ ਕੇ ਜੋ ਹੈ ਜਪ ਤਪ ਦਾਨ ਪੁੰਨਿਆ ਕਰੋ ਅਤੇ ਜੋ ਜੋ ਵੀ ਬਾਬਾ ਜੀ ਦੇ ਅੱਗੇ ਤੁਹਾਡੀ ਕਾਮਨਾ ਹੈ ਬਾਬਾ ਬਾਲਕ ਨਾਥ ਜੀ ਮਹਾਰਾਜ ਫਲੀਭੂਤ ਕਰਨਗੇ। ਉਹਦੇ ਲਈ ਸਾਡਾ ਅਖੰਡ ਵਿਸ਼ਵਾਸ ਸ਼ਰਧਾ ਨਾਲ ਜੋ ਹੈ ਆਪਣਾ ਸਾਰੇ ਕਾਰਜ ਕਰੋ ਅਤੇ ਬਾਬਾ ਬਾਲਕ ਨਾਥ ਜੀ ਮਹਾਰਾਜ ਜੀ ਅਤੇ ਸਾਰੇ ਦੇਸ਼ ਵਿਦੇਸ਼ 'ਚ ਬੈਠੀ ਸੰਗਤ ਮੰਤਰਿਤ ਆਓ, ਦਰਸ਼ਨ ਲਾਭ ਕਰੋ। ਸਾਰੇ ਆਉਂਦੇ ਹੈ ਔਰ ਗੱਜ ਬੱਜ ਕੇ ਜੋ ਹੈ ਆਪਣੇ ਦਰਸ਼ਨ ਕਰੋ ਔਰ ਆਪਣਾ ਜੀਵਨ ਜਿਹੜਾ ਹੈ ਉਹ ਸਫਲ ਬਣਾਓ।